ਹਾਂਜੀ ਕਿਸਾਨ ਵੀਰੋ ਕੀ ਹਾਲ ਨੇ ਸਾਰਿਆਂ ਦੇ ਉਮੀਦ ਕਰਦੇ ਹਾਂ ਸਾਰੇ ਵੀ ਕਿਸਾਨ ਵੀਰਾਂ ਨੇ ਕਣਕ ਦੀ ਵਾਢੀ ਦਾ ਕੰਮ ਨਿਪਟਾ ਲਿਆ ਹੋਵੇਗਾ ਅੱਜ ਫਿਰ ਸਵਾਗਤ ਹੈ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਪਿੰਡਾਂ ਵਾਲੇ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਨਰਮੇ ਦੀ ਬਜਾਈ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਲਈਏ ਨਰਮੇ ਦਾ ਚੰਗਾ ਝਾੜ ਅਤੇ ਕਿਹੜੀਆਂ-ਕਿਹੜੀਆਂ ਗੱਲਾਂ ਬਜਾਈ ਸਮੇਂ ਨਾ ਕਰੀਆਂ ਜਾਣ ਇਹ ਗੱਲਾਂ ਜੋ ਅਨਜਾਣਪੁਣੇ ਵਿੱਚ ਤੁਸੀਂ ਕਰ ਬੈਠਦੇ ਹੋ ਤੇ ਚਨਰਮੇ ਦਾ ਸਾਨੂੰ ਚੰਗਾ ਝਾੜ ਨਹੀਂ ਪ੍ਰਾਪਤ ਹੁੰਦਾ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜਾ ਖੇਤ ਰਹੇਗਾ ਕਿਹੜੇ ਵੀ ਲਈ ਸਹੀ ਅਤੇ ਕਿਹੜੇ ਢੰਗ ਅਪਣਾ ਕੇ ਅਸੀਂ ਲੈ ਸਕਦੇ ਹਾਂ ਨਰਮੇ ਦਾ ਚੰਗਾ ਝਾੜ ਨਰਮਾ ਪੰਜਾਬ ਦੇ ਦੱਖਣੀ ਪੱਛਮੀ ਜ਼ਿਲ੍ਹੇ ਵਿੱਚ ਸੋਣੀ ਦੀ ਮੁੱਖ ਵਪਾਰਕ ਫਸਲ ਹੈ ਪੰਜਾਬ ਦੇ ਖੁਸ਼ਕ ਇਲਾਕਿਆਂ ਲਈ ਇਹ ਫਸਲ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਤੋੜਨ ਲਈ ਇੱਕ ਵਧੀਆ ਵਿਕਲਪ ਹੈ ਜੋ ਕਿ ਫਸਲੀਪੇਪੇੰਤਾਂ ਲੈ ਆਉਣ ਲਈ ਕਾਰਗਰ ਸਿੱਧ ਹੋ ਸਕਦੀ ਹੈ ਕਿਸਾਨ ਵੀਰਾਂ ਨਾਲ ਜ਼ਰੂਰੀ ਨੁਕਤੇ ਸਾਂਝੇ ਕਰਦੇ ਹਾਂ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਨਰਮੇਕ ਪਾਦ ਆਵਦੇਰੇ ਝਾੜ ਲਿਆ ਜਾ ਸਕੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਨਰਮੇ ਦੇ ਚੰਗੇ ਝਾੜ ਲਈ ਕੀ ਕਰੀਏ ਕਿਸਾਨ ਵੀਰੋ ਇਹ ਗੱਲਾਂ ਦਾ ਧਿਆਨ ਰੱਖੋ ਸਿਰਫ ਸਫਾਰਿਸ਼ ਹਾਈਬ੍ਰਿਡ ਕਿਸਮਾਂ ਹੀ ਬੀਜੋ ਅਤੇ ਬਜਾਈ 14 ਮਈ ਤੱਕ ਪੂਰੀ ਕਰੋ ਸਾਰੇ ਪਿੰਡ ਬਲਾਕ ਵਿੱਚ ਵੱਡੇ ਪੱਧਰ ਉੱਤੇ ਨਰਮੇਕ ਪਾਦ ਵਿਕਾਸ ਕੀਤੀ ਜਾਵੇ ਤਾਂ ਕਿ ਫਸਲ ਨੂੰ ਠੁਕਵੇਂ ਹਾਲਾਤ ਮਿਲਣ ਫਸਲ ਦੇ ਵਧੀਆ ਜਮ ਲਈ ਚੰਗੇ ਪਾਣੀ ਨਾਲ ਭਰਮੀ ਰੋਣੀ ਕਰੋ ਪਹਿਲਾਂ ਪਾਣੀ ਬਜਾਈ ਤੋਂ 4 ਤੋਂ 6 ਹਫ਼ਤੇ ਬਾਅਦ ਲਗਾਓ ਯੂਨੀਵਰਸਿਟੀ ਦੁਆਰਾ ਸਿਫਾਰਸ਼ ਕੀਤੇ ਕੀਟਨਾਸ਼ਕ ਅਤੇ ਖਾਸ ਸਿਫਾਰਸ਼ ਕੀਤੀ ਮਾਤਰਾ ਵਿੱਚ ਹੀ ਵਰਤੋ ਫੁੱਲਾਂ ਦੀ ਸ਼ੁਰੂਆਤ ਤੋਂ ਬਾਅਦ ਪੋਟਾਸ਼ੀਅਮ ਨਾਈਟ੍ਰੇਟ ਦੇ 2% ਘੋਲ ਦੇ 1 ਹਫ਼ਤੇ ਦੇ ਬਕਵੇ ਤੋਂ 4 ਛੜਕਾ ਕਰੋ ਬੀਟੀ ਨਰਮੇ ਵਿੱਚ ਪੱਤੀਆਂ ਦੀ ਲਾਲੀ ਦੀ ਰੋਕਥਾਮ ਲਈ 1% ਮੈਗਨੀਸ਼ੀਅਮ ਸਲਫੇਟ ਦੇ ਦੋ ਸਪਰੇ 14 ਦਿਨਾਂ ਦੇ ਵਕਫੇ ਤੇ ਟਿੱਡੇ ਵਰਨ ਸਮੇ ਕਰੋ। ਚਿੱਠੀ ਮੱਖੀ, ਮਿਲੀਬਗ, ਤੰਬਾਕੂ ਦੀ ਸੁੰਡੀ ਅਤੇ ਚਿਤਕਬਰੀ ਸੁੰਡੀ ਦੇ ਫਲਾ ਨੂੰ ਰੋਕਣ ਲਈ ਬਜਾਈ ਤੋਂ ਪਹਿਲਾਂ ਖਾਲੀ ਥਾਵਾਂ, ਖਾਲਿਆਂ ਦੀਆਂ ਵੱਟਾਂ ਅਤੇ ਵਿਕਾਰਪਈ ਜ਼ਮੀਨ ਵਿੱਚੋਂ ਇਹਨਾਂ ਨੂੰ ਪਨਾਹ ਦੇਣ ਵਾਲੇ ਨਦੀਨ ਜਿਵੇਂ ਕਿ ਕੰਗੀ ਬੂਟੀ, ਪੀਲੀ ਬੂਟੀ, ਪੁਟਕੰਡਾ, ਕਾਂਗਰਸਕਾ, ਤਤੂਰਾ ਪੰਗ ਗੁੱਤ ਪੁੱਟਣਾ ਪਖੜਾ ਇਟ ਸਟ ਤੇ ਤੰਦਲਾ ਆਦ ਨੂੰ ਨਸ਼ਟ ਕਰੋ ਪਹਿਲੇ ਪਾਣੀ ਤੋਂ ਬਾਅਦ ਹਿੱਟ ਵਿਡ ਮੈਕਸ 10 ਐਮਏ 500 ਮਿਲੀਲੀਟਰ ਪ੍ਰਤੀ ਏਕੜ ਦੇ ਸਕਾਰ ਛੜਕਾ ਨਾਲ ਸਾਰੇ ਨਦੀਨਾਂ ਦਾ ਖਾਤਮਾ ਹੁੰਦਾ ਹੈ ਨਰਮੇ ਤੋਂ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫਸਲਾਂ ਜਿਵੇਂ ਕਿ ਬੈਂਗਣ ਖੀਰਾ ਚੱਪਣ ਕੱਦੂ ਤਰ ਆਲੂ ਟਮਾਟਰ ਮਿਰਚਾਂ ਆਦ ਤੇ ਵੀ ਪਾਇਆ ਜਾਂਦਾ ਹੈ ਇਸ ਵਾਸਤੇ ਇਹਨਾਂ ਫਸਲਾਂ ਉੱਪਰ ਲਗਾਤਾਰ ਸਰਵੇਖਣ ਕਰਦੇ ਰਹੋ ਨਰਮੇ ਦੇ ਖੇਤਾਂ ਵਿੱਚ ਲੀਫ ਕਰਲ ਬਿਮਾਰੀ ਵਾਲੇ ਬੂਟੇ ਸਮੇਂ-ਸਮੇਂ ਸਿਰ ਪੁੱਟ ਕੇ ਦਬਾਉਂਦੇ ਰਹੋ ਘੱਟ ਲਾਗਤ ਵਾਲੇ 40 ਪੀਲੇ ਕਾਰਡ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤਾਂ ਵਿੱਚ ਲਗਾਓ ਤਾਂ ਜੋ ਸ਼ੁਰੂਆਤੀ ਅਵਸਥਾ ਵਿੱਚ ਚਿੱਟੀ ਮੱਖੀ ਦੇ ਵਾਧੇ ਨੂੰ ਰੋਕਿਆ ਜਾ ਸਕੇ ਆਖਰੀ ਚੁਗਾਈ ਤੋਂ ਬਾਅਦ ਭੇਡਾਂ ਬੱਕਰੀਆਂ ਜਾਂ ਹੋਰ ਪਸ਼ੂਆਂ ਨੂੰ ਫਸਲ ਦਾ ਬਚ ਖੁਚ ਪੱਤੇ ਅਤੇ ਅਣਖੇੜੇ ਟਿੱਡੇ ਖਾਲੀ ਨਰਮੇ ਦੇ ਖੇਤਾਂ ਵਿੱਚ ਛੱਡ ਦਿਓ। ਹਾਂਜੀ ਕਿਸਾਨ ਵੀਰੋ ਇਹ ਆਪਾਂ ਜਿਹੜੇ ਵਿਚਾਰ ਸਾਂਝੇ ਕੀਤੇ ਨਰਮੇ ਦੇ ਚੰਗੇ ਝਾੜ ਲੈਣ ਵਾਸਤੇ ਤੇ ਹੁਣ ਆਪਾਂ ਅੱਗੇ ਗੱਲ ਕਰਾਂਗੇ ਕਿ ਤੁਹਾਨੂੰ ਨਰਮੇ ਦੀ ਫਸਲੀ ਚੱਕਰ ਦੇ ਵਿੱਚ ਕੀ ਨਹੀਂ ਕਰਨਾ ਚਾਹੀਦਾ ਜਿਸ ਨਾਲ ਤੁਹਾਨੂੰ ਨਰਮੇ ਦਾ ਚੰਗਾ ਝਾੜ ਜਿਹੜਾ ਉਹ ਪ੍ਰਾਪਤ ਹੋ ਸਕੇ। ਬੀਟੀ ਨਰਮੇ ਦੇ ਗੈਰ ਪ੍ਰਮਾਣਿਤ ਬੀਜ ਨਾ ਵਰਤੋ ਅਤੇ ਪਛੇਤੀ ਵਿਜਾਈ ਤੋਂ ਗੁਰੇਜ਼ ਕਰੋ। ਕਿੰਨੂ ਦੇ ਬਾਗਾਂ ਦੇ ਅਤੇ ਭਿੰਡੀ ਦੇ ਨੇੜੇ ਨਰਮੇ ਦੀ ਕਾਸ਼ਤ ਨਾ ਕਰੋ ਤਾਂ ਕਿ ਜੋ ਕੀੜਿਆਂ ਦਾ ਅਟੈਕ ਇਸ ਉੱਪਰ ਨਾ ਵੱਸ ਸਕੇ। ਹਲਕੀਆਂ ਜ਼ਮੀਨਾਂ ਵਿੱਚ ਬੀਟੀ ਨਰਮੇ ਦੀ ਕਾਸ਼ਤ ਨਾ ਕਰੋ ਕਿਉਂਕਿ ਇਨ੍ਹਾਂ ਜ਼ਮੀਨਾਂ ਵਿੱਚ ਤੱਤਾਂ ਦੀ ਘਾਟ ਕਰਕੇ ਪੱਤਿਆਂ ਦੀ ਲਾਲੀ ਅਤੇ ਝੁਲਸਣ ਦੀ ਸਮੱਸਿਆ ਆਉਂਦੀ ਹੈ। ਉੱਥੇ ਗੈਰ ਬੀਟੀ ਨਰਮੇ ਦੀ ਕਾਸ਼ਤ ਕਰੋ ਕਿਉਂਕਿ ਗੈਰ ਬੀਟੀ ਨਰਮਾ ਇਸ ਤਰ੍ਹਾਂ ਦੀ ਪ੍ਰੋਬਲਮ ਤੋਂ ਬਿਲਕੁਲ ਦੂਰ ਹੈ। ਟਿੱਡੇ ਦੀ ਅਮਰੀਕਨ ਚਿਤਕਬਰੀ ਸੁੰਡੀ, ਤੰਬਾਕੂ ਸੁੰਡੀ, ਤੇਲੇ ਅਤੇ ਚਿੱਟੀ ਮੱਖੀ ਦੇ ਹਮਲੇ ਤੋਂ ਬਚਾ ਲਈ ਨਰਮੇ ਵਾਲੇ ਖੇਤਾਂ ਵਿੱਚ ਅਤੇ ਆਲੇ ਦੁਆਲੇ ਭਿੰਡੀ, ਮੂੰਗੀ, ਅਰਹਰ ਜੰਤਰ ਜਾਂ ਅਰਿੰਡ ਨਾ ਬੀਜੋ ਨਾਈਟ੍ਰੋਜਨ ਖਾਦ ਸਿਫਾਰਿਸ਼ ਕੀਤੀ ਮਾਤਰਾ ਤੋਂ ਵੱਧ ਨਾ ਪਾਓ ਖੜੀ ਫਸਲ ਵਿੱਚ ਡੀਏਪੀ ਦਾ ਛਿੱਟਾ ਨਾ ਦਿਓ ਕੀਟਨਾਸ਼ਕਾਂ ਦੇ ਮਿਸ਼ਰਣ ਵਰਤਣ ਤੋਂ ਗਰੇਜ ਕਰੋ ਇੱਕੋ ਗਰੁੱਪ ਦੀਆਂ ਕੀਟਨਾਸ਼ਕਾਂ ਦਾ ਇੱਕ ਤੋਂ ਵੱਧ ਛਿੜਕਾ ਨਾ ਕਰੋ ਨਰਮਿਕ ਪਾ ਵਿੱਚ ਕਿਸੇ ਵੀ ਤਰ੍ਹਾਂ ਦੇ ਛਿੜਕਾ ਲਈ ਮਾੜੇ ਪਾਣੀ ਦੀ ਵਰਤੋਂ ਨਾ ਕਰੋ ਅਖੀਰਲਾ ਪਾਣੀ ਸਤੰਬਰ ਦੇ ਮਹੀਨੇ ਤੋਂ ਪਛੇਤਾ ਨਾ ਕਰੋ ਛਿਟੀਆਂ ਦੀਆਂ ਭਰੀਆਂ ਦੇ ਢੇਰ ਖੜਵੇਂ ਰੁਖਤ ਰਖਤ ਆਦਿ ਛਾਂ ਤੋਂ ਪਰੇ ਲਾਓ ਢੇਰ ਲਾਉਣ ਤੋਂ ਪਹਿਲਾਂ ਕਟੀਆਂ ਹੋਈਆਂ ਛਿਟੀਆਂ ਨੂੰ ਜ਼ਮੀਨ ਤੇ ਮਾਰ ਕੇ ਅਣਖਲੇ ਟੱਡੇ ਅਤੇ ਸਿਕਰਿਆਂ ਨੂੰ ਝਾੜ ਦਿਓ ਹਾਂਜੀ ਕਿਸਾਨ ਵੀਰੋ ਉਮੀਦ ਕਰਦੇ ਹਾਂ ਸਾਡੀ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਨਰਮੇ ਦਾ ਚੰਗਾ ਝਾੜਨ ਲਈ ਸਾਡੀਆਂ ਦੱਸੀਆਂ ਗਈਆਂ ਵਿਧੀਆਂ ਨੂੰ ਜ਼ਰੂਰ ਅਪਣਾਓ ਅਤੇ ਆਪਣੇ ਸਾਥੀ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀਆਂ ਕਰੋ ਤਾਂ ਕਿ ਉਹ ਵੀ ਨਰਮੇ ਦੀ ਫਸਲ ਤੋਂ ਚੰਗਾ ਝਾੜ ਲੈ ਸਕਣ ਸਾਡੀਆਂ ਹੋਰ ਵੀਡੀਓ ਨੂੰ ਦੇਖਣ ਲਈ ਸਾਡੇ ਇਸ ਚੈਨਲ ਪਿੰਡਾਂ ਵਾਲੇ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਆਪਾਂ ਕਿਸਾਨੀ ਸਮੱਸਿਆਵਾਂ ਦਾ ਮਿਲ ਕੇ ਹੱਲ ਲੱਭਦੇ ਰਹੀਏ ਧੰਨਵਾਦ ਜੀ